ਗੱਲ ਕਰਾਂ ਤੋਂ ਪਹਿਲੇ ਆਪਣੇ ਉੱਤੇ ਜ਼ਰਾ ਨਜ਼ਰ ਕਰ, ਆਪਣੇ ਉੱਤੇ ਵੀ ਜ਼ਰਾ ਪਹਿਚਾਨ ਕੀਤਾ ਕਰ। ਅਗਰ ਦਰੂਦ ਵੀ ਇਹ ਤਮਾਮ ਕਰਦੇ ਹੈ ਅਸਾਂ ਇਵੇਂ ਨਾ ਕਰਦੇ, ਸਵਾਲ ਦਾ ਵੀ ਇਹ ਤਮਾਮ ਕਰਦੇ ਹੈ ਇਵੇਂ ਨਾ ਕਰਦੇ, ਅਗਰ ਖੈਰਾਤ ਵੀ ਇਹ ਤਮਾਮ ਕਰਦੇ ਹੈ ਉਸ ਤੋਂ ਵੀ ਇਵੇਂ ਨਾ ਕਰਦੇ। ਔਰ ਮੈਂ ਇਹ ਵੀ ਅਰਜ਼ ਗੁਜ਼ਾਰ ਹੋਵਾਂ, ਅਗਰ ਕਿਸੇ ਸ਼ਖਸ ਕੋਲੋਂ ਇਤਨੀ ਵੀ ਕੋਈ ਜਾਇਦਾਦ ਨਹੀਂ ਨਾ, ਇਤਨੀ ਹਿੰਮਤ ਨਹੀਂ ਕਿ ਅਸਾਂ ਦੋਸਤ ਆਬਾਬ ਨੂੰ ਸਜਣ, ਦੋਸਤ ਆਬਾਬ ਰਿਸ਼ਤੇਦਾਰਾਂ ਨੂੰ ਇਕੱਠਾ ਕਰਕੇ ਬਿਲਾਉਂ ਔਰ ਬਿਲਾ ਕੇ ਦੁਆ ਦਾ ਵੀ ਇਹ ਤਮਾਮ ਕਰੂੰ, ਇਹ ਸਾਰੇ ਸਵਾਬ ਦਾ ਇਹ ਤਮਾਮ ਕਰੂੰ। ਅਗਰ ਕਿਸੇ ਕੋਲ ਇਤਨੀ ਵੀ ਤਾਕਤ ਨਹੀਂ ਨਾ, ਮੇਰੀ ਜਾਨ ਅਗਰ ਘਰ ਦੇ ਅੰਦਰ ਜੋ ਵੀ ਤਾਮ ਕਲਾਮ ਕਰਦਾ ਨਾ, ਜੋ ਵੀ ਖਾਣਾ ਹੈ ਪੀਣਾ ਹੈ ਉਸ ਦਾ ਵੀ ਇਹ ਸਾਰੇ ਸਵਾਬ ਤੂੰ ਕਰ ਸਕਦੇ। ਅਗਰ ਅਗਰ ਰਿਸ਼ਤੇਦਾਰਾਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਤਾਂ ਮੇਰੀ ਜਾਨ ਜਾਨ ਉਹਨਾਂ ਦੇ ਵੰਨਣ ਤੋਂ ਬਾਅਦ ਅਗਰ ਕਿਸੇ ਚੀਜ਼ ਦੀ ਜ਼ਰੂਰਤ ਹੈ ਤਾਂ ਉਹਨਾਂ ਨੂੰ ਇਹ ਸਾਰੇ ਸਵਾਬ ਦੀ ਜ਼ਰੂਰਤ ਹੈ, ਉਹਨਾਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ। ਔਰ ਇਨਸਾਨ ਦੇਖੋ, ਇਨਸਾਨ ਅਗਰ ਠੀਕ ਹੈ ਤਾਂ ਕਿਤਨਾ ਆਕੜ ਦੇ ਨਾਲ ਚੱਲਦਾ ਹੈ। ਗੋਇਆ ਅਗਰ ਇਨਸਾਨ ਦੇ ਸਿਰ ਦੇ ਅੰਦਰ ਇੱਕ ਦਰਦ ਪੈ ਵਣੇ ਨਾ, ਇਨਸਾਨ ਕੋਲ ਉਹ ਵੀ ਬਰਦਾਸ਼ਤ ਨਹੀਂ ਆਉਂਦਾ। ਇੱਕ ਸਿਰ ਦਾ ਦਰਦ ਅਗਰ ਪੈ ਵਣੇ ਇਨਸਾਨ ਕੋਲ ਉਹ ਵੀ ਬਰਦਾਸ਼ਤ ਨਹੀਂ ਥੀਂਦਾ, ਲੇਕਿਨ ਖੁਦਾ ਕੁਰਾਨ ਦੇ ਅੰਦਰ ਕਿਆ ਇਰਸ਼ਾਦ ਫਰਮਾਇਆ ਖਾਵਣ ਪੀਵਣ ਦੀ ਵੀ ਤਾਕਤ ਅਦਾ ਕੀਤੀ ਹੈ, 360 ਆਜ਼ਾਦ ਤੇਰੇ ਕੰਮ ਵੀ ਕਰ ਰਹੇ। ਯਾ ਅਯੂਹ ਅਲ ਇਨਸਾਨ ਮਾ ਗਰਰਕ ਬੀ ਰੱਬੀ ਕਲ ਕਰੀ, ਇਨਸਾਨ ਤੂੰ ਆਪਣੇ ਰੱਬ ਦੇ ਸਾਹਮਣੇ ਆਕਰ ਕਰਦੇ ਕਰਦੇ ਗਰੂਰ ਕਰਦੇ ਕਰਦੇ ਜੇ ਤੇ ਕੋ ਪੈਦਾ ਕੀਤੇ ਕੀਤੇ ਜੇ ਤੇ ਕੋਈ ਇਤਨੀਆਂ ਨੇਮਤਾਂ ਵੀ ਅਤਾ ਕੀਤੀਆਂ, ਫਬੀ ਇਹ ਆਲਾ ਰੱਬੀ ਕੁਮਾ ਤੁ ਕਜ਼ੀਬਾ, ਕਿਹੜੀ ਕਿਹੜੀ ਨੇਮਤ ਤੂੰ ਆਪਣੇ ਰੱਬ ਦੀ ਝੂਠ ਲੈ ਸੇ। ਔਰ ਹਮੇਸ਼ਾ ਇਹ ਦੁਆ ਕਰਨੀ ਚਾਹੀਦੀ ਹੈ ਕਿ ਯਾ ਬਾਰੀ ਤਾਲਾ ਇਹ ਦਿਨ ਸਿਰਾਤ ਅਲ ਮੁਸਤਕੀਮ, ਐ ਬਾਰੀ ਤਾਲਾ ਇਹ ਉਹ ਸੂਰਹ ਮੁਬਾਰਕਾ ਜਿਹੜੀ ਅਸਾਂ ਨਮਾਜ਼ ਦੇ ਅੰਦਰ ਪੜ੍ਹਦੇ ਹਾਂ, ਖੁਸ਼ਬਖਤ ਲੋਕ ਇਹ ਦਿਨ ਸਿਰਾਤ ਅਲ ਮੁਸਤਕੀਮ ਸਿਰਾਤ ਅਲ ਲਜ਼ੀਨਾ ਅਨਮਤਾ ਅਲੈਹਿਮ। ਯਾ ਬਾਰੀ ਤਾਲਾ ਤੇਰੀ ਅੰਦਰ ਤੇਰੀ ਬਾਰਗਾਹ ਦੇ ਅੰਦਰ ਦੁਆ ਕੋ ਹੈ ਕਿ ਇਹ ਦਿਨ ਸਿਰਾਤ ਅਲ ਮੁਸਤਕੀਮ ਸਾਨੂੰ ਸਿੱਧੇ ਰਾਹ ਤੇ ਚੱਲਣ ਦੀ ਤੌਫੀਕ ਅਤਾ ਫਰਮਾਵੇ, ਸਿਰਾਤ ਅਲ ਲਜ਼ੀਨਾ ਅਨਮਤਾ ਅਲੈਹਿਮ, ਉਹ ਰਾਹ ਦੇ ਉੱਤੇ ਜਿਨ੍ਹਾਂ ਸੱਜਣਾ ਦੇ ਉੱਤੇ ਤੈਂ ਆਪਣੇ ਇਨਾਮੋ ਕਰਾਮ ਨਾਜ਼ਿਲ ਫਰਮਾਇਆ, ਜਿਨ੍ਹਾਂ ਕੋਲੋਂ ਐ ਬਾਰੀ ਤਾਲਾ ਤੈਂ ਖੁਦ ਪੁੱਛਾ ਐ ਇਨਸਾਨ ਦੱਸਾ ਤੇਰੀ ਰਜ਼ਾ ਕਿਆ ਹੈ। ਇੱਕ ਵਲੀ ਦੀ ਇਤਨੀ ਸ਼ਾਨ ਹੈ, ਹਜ਼ੂਰ ਦੀ ਸ਼ਾਨ ਤਾਂ ਵਰਾਉਲ ਵਰਾ ਹੈ, ਇੱਕ ਵਲੀ ਦੀ ਇਤਨੀ ਸ਼ਾਨ ਹੈ ਕਿ ਜਿਸ ਕੋਲ ਖੁਦਾ ਪੁੱਛਦਾ ਪੀਏ ਕਿ ਇਨਸਾਨ ਤੇਰੀ ਰਜ਼ਾ ਕਿਆ ਹੈ, ਤੂੰ ਚਾਹੁੰਦਾ ਕਿਆ ਹੈ। ਔਰ ਜਿਸ ਟਾਈਮ ਇਨਸਾਨ ਉਸ ਮਕਾਮ ਦੇ ਉੱਤੇ ਪਹੁੰਚ ਪੈਂਦਾ ਨਾ, ਬਸ ਅੱਲਾਹ ਦਾ ਕਾਮਿਲ ਬੰਦਾ ਕਾਮਿਲ ਬੰਦਾ ਜਿਹੜਾ ਸ਼ਰੀਅਤ ਦੇ ਮੁਤਾਰਾ ਦੇ ਉੱਤੇ ਅਮਲ ਪੈਰਾ ਹੁੰਦਾ ਹੈ, ਉਸ ਕੋਲੋਂ ਜਿਸ ਟਾਈਮ ਉਹ ਮਕਾਮ ਹਾਸਿਲ ਕਰ ਗਿੰਦੇ ਨਾ, ਤੇ ਵੱਤ ਕਿਆ ਉਹ ਮਕਾਮ ਯਾਦ ਹੈ, ਉਹ ਦੇਦਾ ਕੁਝ ਹੋਰ ਬੈਠਾ ਹੁੰਦਾ ਹੈ ਲੇਕਿਨ ਅਸਲ ਦੇ ਅੰਦਰ ਕੁਝ ਹੋਰ ਦੇਦਾ ਬੈਠਾ ਹੁੰਦਾ, ਬਜ਼ਾਇਰ ਕੁਝ ਹੋਰ ਹੁੰਦਾ ਹੈ, ਅੱਖ ਹੁੰਦੀ ਹੁੰਦੀ ਹੈ ਲੇਕਿਨ ਨੂਰ ਨੂਰ ਖੁਦਾ ਦਾ ਹੁੰਦਾ, ਪਕੜਨ ਦਾ ਹੱਥ ਹੁੰਦਾ ਹੁੰਦਾ ਹੈ ਤਾਕਤ ਉਸ ਰੱਬ ਦੀ ਹੁੰਦੀ ਹੈ, ਚੱਲਣ ਦੇ ਪਾਉਂ ਤਾਂ ਹੁੰਦੇ ਲੇਕਿਨ ਤਾਕਤ ਉਸ ਰੱਬ ਦੀ ਹੁੰਦੀ ਹੈ। ਇਸ ਵਾਸਤੇ